ਇਜ਼ੇ ਪਾਪਾ ਨੇ ਮੈਡਮ ਨੂੰ ਅਸੀਂ ਵਾਲੇ ਲਾਏ ਸੀਗੇ ਤੇ ਦੇਖੋ ਇਹ ਐਨੇ ਫੁੱਲ ਚੁੱਕੇ ਆਗੇ ਤੇ ਸਾਨੂੰ ਐਨਾਂ ਦੀ ਇੱਕ ਗੱਲਬਾਤ ਲੱਗਦੀ ਆ ਇਹਨਾਂ ਦੇ ਤਿਤਲੀਆਂ ਬਹੁਤ ਜ਼ਿਆਦਾ ਆਉਂਦੀਆਂ ਨੇ ਆ ਦੇਖੋ ਕਿੰਨੇ ਕਿਊਟ ਲੱਗ ਰਹੀਆਂ ਨੇ ਕਿਚ ਕਿਚ ਤੇ ਆ ਜੋ ਹੁਣ ਆਪਾਂ ਹੋਰ ਫੁੱਲ ਦੇਖੀਏ ਪਹਿਲਾਂ ਸਾਡੇ ਘਰ ਵਿੱਚ ਇੱਕ ਵੀ ਫੁੱਲ ਨਹੀਂ ਹੁੰਦਾ ਸੀਗਾ ਪਰ ਹੁਣ ਦੇਖੋ ਹਜ਼ਾਰਾਂ ਫੁੱਲ ਹੋਣ ਲੱਗ ਗਏ ਹੋਏ ਪਏ ਤੇ ਅੱਜ ਸਾਨੂੰ ਇੱਕ ਹੋਰ ਦਿਖਾਉਂਦੇ ਹੈਗੇ ਤੇ ਅੱਜ ਸਾਨੂੰ ਇੱਕ ਹੋਰ ਦਿਖਾਈਏ ਤੇ ਗਾਈਸ ਇਹ ਵੀ ਉਹਨਾਂ ਦੇ ਨਾਲ ਵਾਲਾ ਹੀ ਹੈਗਾ ਪਰ ਇਹਦੇ ਤੇ ਇਦਾਂ ਦੇ ਲੱਗਦੇ ਆ ਹੁਣ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਉਹ ਫੁੱਲ ਵਧੀਆ ਲੱਗੇ ਕਿ ਆਹ ਫੁੱਲ ਤੇ ਗਾਈਸ ਜਿਹਦਾ ਕਿ ਆਹ ਵਾਲਾ ਫੁੱਲ ਲੱਗਾ ਇਹ ਜਦੋਂ ਮੈਂ ਹੋਈ ਸੀ ਉਹਦੇ ਲਗਾਇਆ ਸੀਗਾ ਪਰ ਦੇਖ ਲਓ ਤੁਸੀਂ ਇਹ 2 ਮਹੀਨੇ 4 ਮਹੀਨੇ ਚੱਲਦਾ ਗਾ ਦੁਆ ਚ ਓਲਡ ਹੋ ਜਾਂਦਾ ਆਹ ਵਾਲਾ 2 ਮਹੀਨੇ 4 ਮਹੀਨੇ ਚੱਲਦਾ ਤੇ ਗਾਈਸ ਸੋ ਮੈਂ ਹੁਣ ਕੈਕਟਸ ਦਿਖਾਉਣੀ ਹੈਗੀ ਆਹ ਸੀ 2 ਸਾਲ 2 ਮਹੀਨਿਆਂ ਪਹਿਲਾਂ ਹੀ ਲਗਾਇਆ ਸੀਗਾ ਤੇ ਦੇਖੋ ਐਨੇ ਹੋ ਗਿਆ ਤੁਸੀਂ ਵਾਧੂ ਕੈਕਟਸ ਦੇਖੇ ਹੋ ਜੇ ਕਿਸੇ ਦੀ ਸ਼ੇਪ ਜਿਵੇਂ ਕਿ UILV ਇੱਦਾਂ ਦੀ ਹੁੰਦੀ ਆ ਪਰ ਇਹ ਰਾਉਂਡ ਰਾਉਂਡ ਹੈ ਤੇ ਇਹ ਤਾਂ ਤੇ ਗਾਈਸ ਇਹਨਾਂ ਦੀ ਆਹ ਦੇਖੋ ਕਿੰਨੀਆਂ ਕਿਊਟ ਬੋਲਸ ਆ ਬਿੱਗ ਬੋਲ ਸਮਾਲ ਬੋਲਸ ਬਹੁਤ ਵਧੀਆ ਲੱਗਦੀਆਂ ਹੁੰਦੀਆਂ ਤੇ ਤੁਸੀਂ ਲਗਾਉਣੀ ਆ ਤੁਸੀਂ ਤੇ ਆਹ ਤੋਂ ਪੱਟ ਕੇ ਅਸੀਂ ਆਹ ਵਾਲਾ ਪੌਦਾ ਬਣਾਇਆ ਇਹ ਵੀ ਪਿੰਕ ਹੁਣ ਲੱਗ ਗਿਆ ਪਿਆ ਤੇ ਆਹ ਦੇਖੋ ਗਾਈਸ ਇਹ ਹੈਗਾ ਸਾਡਾ ਐਚ ਪਿੰਕ 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 ਛੋਟੇ ਛੋਟੇ ਫੁੱਲ ਲੱਗਦੇ ਹੁੰਦੇ ਆ ਤੇ ਗਾਈਸ ਸਾਨੂੰ ਫੁੱਲ ਹੀ ਨਹੀਂ ਹੈਗੇ ਤੁਸੀਂ ਇੱਕ ਸਬਜ਼ੀ ਵੀ ਲਾਈ ਆ ਇਹਦਾ ਨਾਮ ਹੈਗਾ ਬਿਟਰ ਗਾਰਡ ਇਹਦਾ ਨਾਮ ਬਿਟਰ ਗਾਰਡ ਹੈ ਇੱਕ ਸਾਰਾ ਕੀ ਹੈ ਬਿਟਰ ਗਾਰਡ ਤੇ ਆ ਇਹਨਾਂ ਦੇ ਉਹ ਇਹਨਾਂ ਦੀ ਆ ਸਬਜ਼ੀ ਜਾਂ ਫਿਰ ਫਰੂਟ ਵੀ ਲੱਗਦੇ ਆ ਇਹਨਾਂ ਨੂੰ ਅਸੀਂ ਫਿਰ ਤੋੜ ਕੇ ਸਬਜ਼ੀ ਬਣਾਵਾਂਗੇ ਹੋਰ ਐਪਲ ਵਗੈਰਾ ਇਹਦਾ ਕੁਛ ਲੱਗਦਾ ਤੇ ਬਾਏ ਬਾਏ।